झोले की सरकारी खरीद शुरू करो, झोले की सरकारी खरीद शुरू करो, खरीद ना करो सरकार मुर्दाबाद, झोले दिया सरकारी खरीद कर लो या सरकार मुर्दाबाद, पैंते तेल पंजाब सरकार मुर्दाबाद, संयुक्त किसान मोर्चा जिंदाबाद, झोले की सरकारी खरीद करवा के रहेंगे, झोले की सरकारी खरीद करवा के रहेंगे, झोना ना खरीदा वही सरकार मुर्दाबाद, सरकार है बर्बाद। 1 अक्तूबर तो झोने की सरकारी खरीद शुरू होने के बावजूद भी अजे तक मंडियों में झोने की खरीद नहीं की जा रही और ना ही शैलरों वालों जगह ना होने करके झोने चुकया जा रहा, जिसके संबंध में संयुक्त किसान मोर्चा कलानौर के जिला प्रधान हरजीत सिंह कालो और आढ़ती एसोसीएशन वालों कलानौर टी पॉइंट से चक्का जाम किया गया, जिस विच किसानां आढ़तियां शैलर मालकां और आम लोगों वालों भरपूर साथ दिता गया और पंजाब सरकार और केंद्र सरकार खिलाफ जम के नारेबाजी ਕੀਤੀ ਗਈ। ਲਪਿਤ ਖੁਸ਼ੀਪੁਰ ਦੀ ਰਿਪੋਰਟ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਸਮੂਹ ਪੰਜਾਬ ਦੇ ਵਿੱਚ ਧਰਨੇ ਲਾਏ ਜਾ ਰਹੇ, ਉਹਦੇ ਵਿੱਚ ਸਾਡੀ ਪੰਜਾਬ ਦੀ ਆੜ੍ਹਤੀ ਐਸੋਸੀਏਸ਼ਨ ਤੇ ਸ਼ੈਲਰ ਯੂਨੀਅਨ ਨੇ ਇਹਨਾਂ ਦਾ ਸਾਥ ਦਿੱਤਾ ਵਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਆ ਜੀ। ਇਹ ਧਰਨਾ ਜੀ ਇਸ ਕਰਕੇ ਲਾਇਆ ਜਾ ਰਿਹਾ ਕਿ ਜਿਵੇਂ ਕਿ ਮੰਡੀਆਂ ਦੇ ਵਿੱਚ ਚੁਕਾਈ ਨਹੀਂ ਹੋ ਰਹੀ, ਹਾਈਬ੍ਰਿਡ ਦੀ ਸਮੱਸਿਆ ਆ ਰਹੀ ਹੈ, ਇਸ ਕਰਕੇ ਧਰਨਾ ਲਾਇਆ ਜਾ ਰਿਹਾ। ਸੋ ਅਸੀਂ ਸਰਕਾਰ ਕੋਲ ਮੰਗ ਕਰ ਰਹੇ ਹਾਂ ਕਿ ਸਾਡਾ ਜਿਹੜਾ ਮੰਡੀਆਂ ਦੇ ਵਿੱਚ ਕਿਸਾਨਾਂ ਦਾ ਝੋਨਾ ਪਰਚੇਜ ਪਿਆ ਆ, ਉਹਨੂੰ ਲੋਡ ਕਰਵਾਇਆ ਜਾਵੇ, ਲੋਡ ਕਰਵਾ ਕੇ ਸਟੋਰੇ ਪੁਆਇੰਟਾਂ ਤੇ ਸੈਲਰਾਂ ਦੇ ਉੱਤੇ ਪਹੁੰਚਾਇਆ ਜਾਵੇ ਤਾਂ ਜੋ ਕਿਸੇ ਕਿਸਾਨ ਦੀ ਜਿਹੜੀ ਫਸਲ ਹੈ ਉਹ ਖਰਾਬ ਨਾ ਹੋ ਸਕੇ। ਇਹ ਜੀ ਵੇਖੋ ਜੀ, ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਨਾਂ ਦਾ ਮਸਲਾ ਵਾ, ਅਸੀਂ ਦੋਵਾਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਸਾਡਾ ਜਲਦੀ ਤੋਂ ਜਲਦੀ ਜਿਹੜਾ ਵਾ ਝੋਨਾ ਚੁਕਵਾਇਆ ਜਾਵੇ। ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਦੇ ਪੰਜਾਬ ਦੇ ਗੋਦਾਮਾਂ ਦੇ ਵਿੱਚ ਜਿਹੜੇ ਚੌਲ ਲੱਗੇ ਨੇ ਉਹ ਜਲਦੀ ਤੋਂ ਜਲਦੀ ਚੁਕਾਏ ਜਾਣ ਤਾਂ ਜੋ ਗੋਦਾਮ ਖਾਲੀ ਹੋ ਸਕਣ, ਤਾਂ ਜੋ ਸ਼ੈਲਰ ਵਾਲੇ ਜਿਹੜੇ ਆ ਉਹ ਪਹਿਲੀ ਪੈਦੀ ਛੱਡ ਕੇ ਦੁਬਾਰਾ ਚੌਲ ਕੱਢ ਕੇ ਗੋਦਾਮਾਂ ਦੇ ਵਿੱਚ ਲਾਏ ਜਾ ਸਕਣ, ਕਿਉਂਕਿ ਸਪੇਸ ਦੀ ਬਹੁਤ ਵੱਡੀ ਸਮੱਸਿਆ ਹੈਗੀ, ਉਹਦੇ ਕਰਕੇ ਪੈਡੀ ਦੀ ਚੁੱਕਣ ਦੇ ਵਿੱਚ ਵੀ ਸਮੱਸਿਆ ਆ ਰਹੀ ਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜਲਦੀ ਤੋਂ ਜਲਦੀ ਇਹ ਮਸਲਾ ਹੱਲ ਕੀਤਾ ਜਾਵੇ, ਕਿਉਂਕਿ ਜੇ ਮਸਲਾ ਹੱਲ ਨਾ ਕੀਤਾ ਤਾਂ ਮੌਸਮ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਮੌਸਮ ਖਰਾਬ ਹੋ ਜਾਣਾ ਵਾ, 10-10 ਦਿਨ ਹੋ ਗਏ ਕਿਸਾਨ ਮੰਡੀਆਂ ਦੇ ਵਿੱਚ ਰੋਲ ਰਹੇ ਨੇ। ਅਸੀਂ ਸਰਕਾਰ ਤੋਂ ਦੁਬਾਰਾ ਫੇਰ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਤਾਂ ਜੋ ਜਿਹੜੇ ਕਿਸਾਨ ਆ ਜਲਦੀ ਤੋਂ ਜਲਦੀ ਆਪਣੇ ਘਰਾਂ ਨੂੰ ਜਾ ਸਕਣ। ਨਾ ਲਾਇਆ ਗਿਆ ਕਿ ਜੋ ਆਪਣਾ ਕਿਸਾਨ ਦਾ ਜਿਹੜਾ ਮਾਲ ਹੈ MSP ਤੇ ਖਰੀਦਦੇ ਆੜ੍ਹਤੀ ਵੀਰ ਉਹਨੂੰ ਸ਼ੈਲਰ ਵਾਲਾ ਸ਼ੈਲਿੰਗ ਕਰਕੇ ਖੜਦਾ ਆਪਣੇ ਖਰੀਦ। ਸਾਡੇ ਪਿਛਲੇ ਸਾਲ ਦੀ ਜਿਹੜੀ ਸ਼ੈਲਿੰਗ ਵਾਲੇ ਚਾਵਲ ਉਹ ਚੁੱਕੇ ਨਹੀਂ ਗਏ ਅਜੇ ਤੱਕ, ਜਗ੍ਹਾ ਨਾ ਹੋਣ ਕਰਕੇ ਸਾਨੂੰ ਬਹੁਤ ਵੱਡੀ ਪਰੇਸ਼ਾਨੀ 'ਚ ਫਸ ਗਏ ਹਾਂ। ਉਹਦੇ ਕਰਕੇ ਜਿਹੜਾ ਮੰਡੀਆਂ ਦੇ ਮਾਲ ਜਿਹੜਾ ਅਸੀਂ ਨਵਾਂ ਹੀ ਪਰਚੇਜ ਨਹੀਂ ਕਰ ਰਹੇ, ਨਾ ਹੀ ਆਪਣਾ ਅਲਾਟਮੈਂਟ ਕਰਾ ਰਹੇ। ਜਿੰਨਾ ਚਿਰ ਸਰਕਾਰ ਸਾਡੇ ਚੌਲ ਪਿੱਲ ਚੁੱਕਦੀ ਨਹੀਂ ਗੀ, ਅਜੇ ਵੀ ਸਾਡੇ ਪਿਛਲੇ ਸਾਲ ਦਾ ਝੋਨਾ ਜਿਹੜਾ ਪੈਂਡਿੰਗ ਪਿਆ ਸ਼ੈਲਰਾਂ ਦੇ। ਇਸ ਕਰਕੇ ਬੇਨਤੀ ਕਰਦੇ, ਸਾਡੀਆਂ ਮੰਗਾਂ ਮੰਨੇ ਸਰਕਾਰ, 3 ਮਹੀਨੇ ਤੋਂ ਰੌਲੀ ਪਾ ਰਹੇ ਹਾਂ, ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਬਿਲਕੁਲ ਨਾ ਅਲਾਟਮੈਂਟ ਕਰਾਵਾਂਗੇ, ਨਾ ਐਗਰੀਮੈਂਟ ਸਰਕਾਰ ਨਾਲ ਕਰਾਂਗੇ ਨਿਯਮ ਸੀਜ਼ਨ ਦਾ, ਇਹੋ ਸਾਨੂੰ ਜਾਣਕਾਰੀ ਨਹੀਂ ਅਜੇ। ਸਾਡੇ ਜ਼ਿਲ੍ਹੇ ਗੁਰਦਾਸਪੁਰ 'ਚ ਕੋਈ ਅਸੀਂ ਨਹੀਂ ਟੱਕਿਆ ਨਹੀਂ ਕਿਸੇ ਨੂੰ, ਪਰ ਲੋਕਾਂ ਨੂੰ ਪਿਛਲੇ ਸਾਲ ਘਾਟੇ ਇੰਨੇ ਵੱਡੇ ਪਏ ਆ ਲੇਟ ਹੋਣ ਕਰਕੇ, ਕੋਈ ਬੰਦਾ ਅਲਾਟਮੈਂਟ ਕਰਾ ਕੇ ਰਾਜੀ ਨਹੀਂ, ਸੈਲਰ ਐਗਰੀਮੈਂਟ ਕਰਕੇ ਰਾਜੀ ਨਹੀਂ। ਐਨ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼, ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ, ਗਵਰਨਮੈਂਟ ਅਪਰੂਵਡ, SS ਗਰੁੱਪ, ਸੈਸ਼ਨ ਚੌਂਕ, ਹੁਸ਼ਿਆਰਪੁਰ।